ਮੂਸੇ ਵਾਲੇ ਦੇ ਵਕੀਲ ਵੀ ਹੋਣ ਦੇਖੋ ਗੋਲੀਆਂ ਦੇ ਨਿਸ਼ਾਨ ਜਿੱਥੇ ਲਾਸਟ ਰਾਈਡ ਹੋਈ ਸੀ ਕਤਲ ਕੀਤਾ ਗਿਆ ਸੀ ਇਹ ਕਿੰਨਾ ਕੁ ਕਾਨੂੰਨੀ ਪੱਖ ਤੋਂ ਮਹੱਤਤਾ ਰੱਖਦਾ ਹੈ ਜਿਹੜੇ ਗੋਲੀਆਂ ਦੇ ਇੰਨੇ ਸੈਂਕੜੇ ਦੀ ਗਿਣਤੀ 'ਚ ਨਿਸ਼ਾਨ ਨੇ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਇਸ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਸਿੱਧੂ ਮੂਸੇਵਾਲ ਸਾਹਿਬ ਦੀ ਲਾਸਟ ਰਾਈਡ ਹੋਈ ਸੀਗੀ ਬਲਦੇਵ ਜੀ ਇਹਨਾਂ ਦੀ ਗੱਲ ਕਰੀਏ ਜੇ ਜਿਹੜੇ ਆ ਨਿਸ਼ਾਨ ਨੇ ਇਹ ਗੋਲੀਆਂ ਦੇ ਨਿਸ਼ਾਨ ਨੇ ਇਹ ਕੇਸ ਦਾ ਐਵੀਡੈਂਸ ਨੇ ਇਹਨਾਂ ਨੂੰ ਸਾਂਭ ਕੇ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਉਹਦਾ ਕਾਰਨ ਇਹ ਹੈ ਕਿ ਜਿੰਨਾ ਟਾਈਮ ਕੋਰਟ ਦੇ ਵਿੱਚ ਗਵਾਹੀ ਨਹੀਂ ਹੁੰਦੀ ਆਈ ਓ ਦੀ ਜਿੰਨਾ ਟਾਈਮ ਐਵੀਡੈਂਸ ਪੂਰਾ ਨਹੀਂ ਹੁੰਦਾ ਡਿਫੈਂਸ ਕੌਂਸਲ ਕਦੋਂ ਵੀ ਐਪਲੀਕੇਸ਼ਨ ਲਾ ਸਕਦਾ ਜੀ ਅਸੀਂ ਮੌਕਾ ਦੇਖਣਾ ਜੀ ਸਰਕਾਰ ਇਹਨੂੰ ਸਾਂਭ ਕੇ ਰੱਖੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦਾ ਕਿਉਂਕਿ ਜਿੰਨਾ ਟਾਈਮ ਕੇਸ ਚੱਲੂਗਾ ਉਦੋਂ ਮੌਕਾ ਕੋਈ ਵੀ ਦੇਖ ਸਕਦਾ ਹੈਗਾ ਇਹ ਹੈਗੀ ਹੈ ਕਾਨੂੰਨੀ ਗੱਲ ਵੈਸੇ ਇੱਕ ਨੈਤਿਕਤਾ ਗਈ ਸਿੱਧੂ ਮੂਸੇਵਾਲਾ ਸਾਹਿਬ ਨੇ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਪੱਗਾਂ ਵਾਲੇ ਦਾ ਨਾਮ ਚਮਕਾਇਆ ਸੀਗਾ ਤਾਂ ਉਹਦੇ ਆਧਾਰ 'ਤੇ ਸਰ ਵੈਸੇ ਵੀ ਉਹਨੂੰ ਲੇਜੈਂਡ ਸਾਡਾ ਜਿਹੜਾ ਲੇਜੈਂਡ ਸੀਗਾ ਸਿੱਧੂ ਮੂਸੇਵਾਲਾ ਸਾਹਿਬ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਜਿਹੜੀ ਇਹ ਜਗ੍ਹਾ ਗੀ ਇਹਨੂੰ ਇੱਕ ਪਰਿਵਾਰ ਸਾਂਭ ਰਿਹਾ ਹੈਗਾ ਕੋਈ ਬਹੁਤਾ ਅਮੀਰ ਪਰਿਵਾਰ ਨਹੀਂ ਪਰ ਫਿਰ ਵੀ ਉਹਨਾਂ ਨੇ ਇਹ ਜਿਹੜੀ ਜਗ੍ਹਾ ਡੋਨੇਸ਼ਨ ਦਿੱਤੀ ਆ ਦਾਨ ਕੀਤੀ ਹੈਗੀ ਤਾਂ ਫਿਰ ਅਸੀਂ ਪਰਿਵਾਰ ਦੀ ਵੀ ਇਹਦੀ ਇੱਕ ਪਰਿਵਾਰ ਤਾਂ ਕਰ ਰਿਹਾ ਨਗਰ ਵੀ ਕਰ ਰਿਹਾ ਅੱਜ ਨਗਰ ਵੱਲੋਂ ਖੰਡਪਾਠ ਸਾਹਿਬ ਦਾ ਪਾਠ ਕਰਵਾਇਆ ਗਿਆ ਸੀਗਾ ਸਿੱਧੂ ਮੂਸੇਵਾਲਾ ਸਾਹਿਬ ਦੀ ਯਾਦ ਦੇ ਵਿੱਚ ਪਰ ਸਰਕਾਰ ਦਾ ਇੱਥੇ ਕੋਈ ਨੁਮਿੰਦਾ ਨਹੀਂ ਆਇਆ ਕੋਈ ਸਰਕਾਰ ਦੀ ਕੋਈ ਗੱਲ ਨਹੀਂ ਸੀ ਵੀ ਸਰਕਾਰ ਇੱਥੇ ਆ ਕੇ ਕੋਈ ਕਿਸੇ ਨੂੰ ਕੋਈ ਆਸ਼ਵਾਸਨ ਦਵਾ ਸਕੇ ਅੱਜ ਵੀ ਪਰਿਵਾਰ ਆ ਜਿਹੜਾ ਫੈਨਸ ਨੇ ਜਿਹੜੇ ਨਗਰ ਨਾ ਉਹ ਸਾਰਾ ਇਹ ਸਮਝ ਰਿਹਾ ਵੀ ਇਹਨੂੰ ਕਿਵੇਂ ਕਾਨੂੰਨੀ ਰੂਪ ਇਨਸਾਫ਼ ਮਿਲ ਸਕੇ ਵਕੀਲ ਸਾਹਿਬ ਜਿਵੇਂ ਤੁਸੀਂ ਨਿਸ਼ਾਨ ਦੇਖ ਰਹੇ ਹੋ ਕਿ ਹਜੇ ਤੱਕ ਇਹ ਨਹੀਂ ਪਤਾ ਲੱਗ ਚੱਕਿਆ ਵੀ ਐਡਾ ਕਿਹੜਾ ਭਾਰੀ ਅਸਲਾ ਸੀ ਜਿੱਥੇ ਉਹ ਕਿੰਨੇ ਕੁ ਉਸ ਤੱਕ ਮੀਟਰ ਤੱਕ ਦੂਰ ਗਏ ਗਏ ਗੋਲੀਆਂ ਨੂੰ ਬਿਲਕੁਲ ਸ਼ਰਮਾ ਜੀ ਇਹ ਇੱਕ ਕਾਨੂੰਨੀ ਗੱਲ ਆ ਇਹ ਥੋੜ੍ਹੀ ਮੈਂ ਡਿਸਕਲੋਜ ਨਹੀਂ ਕਰੂੰਗਾ ਪਰ ਫਿਰ ਵੀ ਇਹ ਗੱਲ ਕੰਟਰੋਵਰਸੀ 'ਚ ਰਹੀ ਹੈਗੀ ਕਿਉਂਕਿ ਹੁਣ ਜੋ ਅਸੀਂ ਤਾਂ ਉਸ ਫੈਕਟਸ 'ਤੇ ਗੱਲ ਕਰਾਂਗੇ ਜੋ ਸਾਡੇ ਚਲਾਨ ਦਾ ਪਾਰਟ ਨੇ ਜੋ ਐਵੀਡੈਂਸ ਨੇ ਇਹ ਬਹਿਸ ਸਰਕਾਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੈਸੇ ਵੀ ਹੋਣਾ ਚਾਹੀਦਾ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਕੇਸ ਆ ਇਹ ਸੀਬੀਆਈ ਨੂੰ ਦਿੱਤਾ ਜਾਵੇ ਤਾਂ ਇਹਦੇ ਹੋਰ ਵੀ ਫੈਕਟਸ ਸਾਹਮਣੇ ਆ ਸਕਦੇ ਨੇ